ਐਂਡੋਕ੍ਰਾਈਨ ਡਿਸਟਰਪਟਰਸ ਹਾਂਜੀ ਇੱਕ ਹੀ ਚੀਜ਼ ਹੁੰਦੀ ਐਂਡੋਕ੍ਰਾਈਨ ਡਿਸਟਰਪਟਰ ਕੈਮੀਕल्स ਨੇ ਕਿ ਕਾਫੀ ਜ਼ਿਆਦਾ ਰੀਪਰੋਡਕਟਿਵ ਸਿਸਟਮ ਨੂੰ ਅਫੈਕਟ ਕਰਦੇ ਨੇ ਜਿੰਨੇ ਆਪਣੇ ਹਾਊਸ ਹੋਲਡ ਕੈਮੀਕल्स ਨੇ ਔਰ ਵਿੱਚ ਕਾਫੀ ਮਾਤਰਾ ਦੇ ਵਿੱਚ ਇਹ ਐਂਡੋਕ੍ਰਾਈਨ ਡਿਸਟਰਪਟਰ ਕੈਮੀਕल्स ਨੇ ਨਾਲ आल्सो ਪਲਾਸਟਿਕ ਪਲਾਸਟਿਕ ਦੇ ਕੰਟੇਨਰਸ ਜਿਹੜੇ ਨੇ ਉਹਨਾਂ ਦੇ ਵਿੱਚ ਕਾਫੀ ਕਹਿੰਦੇ ਐਂਡੋਕ੍ਰਾਈਨ ਪਾਇਆ ਜਾਂਦਾ ਹੈਗਾ ਹਾਲੀਵੁੱਡ ਜਾਂ ਬਾਲੀਵੁੱਡ ਦੇ ਕਿਸੇ ਨੇ ਲਾਈਨ ਸ਼ੁਰੂ ਕਰ ਦਿੱਤੀ ਮੇਕਅਪ ਦੀ ਉਦੋਂ ਬੱਚੇ ਉਦੋਂ ਨੂੰ ਬੜਾ ਤੁਰ ਫਿਰਦੇ ਨੇ ਕਾਫੀ ਊਮਨਸ ਦੇ ਮੈਂ ਦੇਖਿਆ ਆ ਮੈਨੂੰ ਕਾਫੀ ਮਿਲੀਆਂ ਰੀਸੈਂਟਲੀ ਕਿੰਨੀਆਂ ਸੀ ਜਦੋਂ ਇੰਡੀਆ ਤੋਂ ਆਏ ਸਾਡੇ ਹੱਥ ਬਿਲਕੁਲ ਸਾਫ਼ ਸੀਗੇ ਜਦੋਂ ਅਸੀਂ ਆਏ ਆ ਕਿ ਇੱਥੇ ਸਾਡੇ ਪਾਂਡੇ ਧੋਤੋ ਕੇ ਪਤਾ ਨਹੀਂ ਕੀ ਗੱਲ ਹੈ ਸਕੈਨ ਲੱਥਣ ਲੱਗੀ ਹੈ ਤੇ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦੀ ਆ ਕਿ ਤੁਸੀਂ ਜਦੋਂ ਪਾਂਡੇ ਧੋਂਦੇ ਹੋ ਗਲਵ ਪਾ ਕੇ ਧੋਂਦੇ ਹੋ ਕੋ ਜਸਟ ਨੇਕਡ ਹੈਂਡ ਐਕਜ਼ੀਮਾ ਬਹੁਤ ਵੱਡੀ ਪ੍ਰੋਬਲਮ ਹੈ ਜਲਦੀ ਜਲਦੀ ਸਿੱਖ ਹੋਣਾ ਜਿਹੜਾ ਇਮਿਊਨ ਸਿਸਟਮ ਜਿਹੜਾ ਉਹ ਵੀਕ ਹੁੰਦਾ ਕੈਮੀਕਲਸ ਦੇ ਨਾਲ ਇਮਿਊਨ ਸਿਸਟਮ ਜਿਹੜਾ ਉਹ ਵੀ ਹੁੰਦਾ ਹੈ। ਕੁੜੀਆਂ ਨੂੰ ਕਾਫੀ ਜ਼ਿਆਦਾ ਹੁੰਦਾ ਮੇਕਅਪ ਦਾ ਤਾਂ ਮੈਂ ਹਮੇਸ਼ਾ ਕਹਿੰਦੀ ਪੇਰੈਂਟਸ ਨੂੰ ਉਹਨਾਂ ਨੂੰ ਦਬਕੋ ਨਾ। ਬੱਚੇ ਦੇ ਨਾਲ ਉਹਨਾਂ ਨੂੰ ਦੱਸੋ ਰੀਜ਼ਨਿੰਗ ਦੱਸੋ ਕਿਉਂ ਕੀ ਹੈ ਰੋਂਗ। ਉਹਨਾਂ ਨੂੰ ਇਤਨਾ ਸਾਰੇ ਰਿਸੋਰਸਸ ਦੱਸੋ। ਵੀ ਬੁੱਤ ਲ ਲੈ ਲਾ। ਪਰ ਚੈੱਕ ਕਰ ਲੈ। ਪਰ ਚੈੱਕ ਕਰ ਲੈ। ਬੱਚੇ 'ਚ ਕੌਨਫੀਡੈਂਸੀ ਇੰਨਾ ਹੋਣਾ ਚਾਹੀਦਾ ਹੈ ਕਿ ਮੈਨੂੰ ਮੇਕਅਪ ਦੀ ਇਹਨੇ ਦੀ ਲੋੜ ਹੀ ਨਹੀਂ ਆ ਘਰ ਆਪਣਾ ਸਾਫ ਕਰੀਏ ਨਾ ਤਾਂ ਉਸ ਤੋਂ ਬਾਅਦ ਇੱਕ 스멜 ਜੀ ਆਉਂਦੀ ਹੁੰਦੀ ਆ ਘਰ ਚੋਂ ਆਪਾਂ ਨੂੰ ਤਾਂ ਇਹ ਲੱਗਦਾ ਵੀ ਸਾਫ ਹੋ ਗਿਆ ਘਰ ਤਾਂ ਕਰਕੇ ਫ੍ਰੈਗਰੈਂਸ ਆ ਰਹੀ ਆ ਹੈਨਾ ਬਟ ਉਹ ਉਹ ਮਾੜੀ ਹੁੰਦੀ ਆ ਜਿਹੜਾ ਮੈਗਨੀਸ਼ੀਅਮ ਹੁੰਦਾ ਆ ਉਹਦੇ ਸਪਰੇਅਸ ਆਉਂਦੀਆਂ ਨੇ ਉਹ ਕਹਿੰਦਾ ਰਾਤ ਨੂੰ ਸੌਣ ਲੱਗੇ ਪੈਰਾਂ ਦੇ ਥੱਲੇ ਲਾ ਕੇ ਮ사ਜ ਕਰ ਲੋ ਤੁਹਾਡੀ ਬੋਡੀ ਰਿਲੈਕਸ ਹੋ ਜਾਂਦੀ ਆ ਅੱਜ ਜਿਹੜੀਆਂ ਆਪਾਂ ਗੱਲਾਂ ਕਰਨੀਆਂ ਨੇ ਮੈਂ ਅੱਗੇ ਲਿਸਨਰਸ ਨੂੰ ਦੱਸਦੀ ਸੀ ਜਦੋਂ ਮੈਂ ਇੰਟਰੋਡਕਸ਼ਨ ਦੇ ਰਹੀ ਸੀ ਮੈਂ ਕਿਹਾ ਵੀ ਇਦਾਂ ਨਹੀਂ ਹੈ ਵੀ ਲਾਈਫ ਸਟਾਈਲ ਇਸ ਜਸਟ ਅਬਾਊਟ ਫੂਡ ਐਂਡ ਐਕਸਰਸਾਈਜ਼ ਬਿਲਕੁਲ देयर आर सो ਮਨੀ ਅਦਰ ਥਿੰਗਸ ਜਿਹੜੀਆਂ ਇੰਪੋਰਟੈਂਟ ਨੇ ਹੈਨਾ ਉਹ ਬਹੁਤ ਸਾਰੀਆਂ ਹੋਰ ਚੀਜ਼ਾਂ ਦੇ ਵਿੱਚ ਵੀ ਸੇਫ ਚੋਇਸਸ ਟੂ ਮੇਕ ਸੇਫ ਚੋਇਸਸ ਇਟਸ ਵੈਰੀ ਇੰਪੋਰਟੈਂਟ ਐਂਡ ਉਹਦੇ ਵਿੱਚ ਇੱਕ ਬਹੁਤ ਵੱਡਾ ਰੋਲ ਜਿਹੜਾ ਪਲੇ ਕਰਦੇ ਨੇ ਉਹ ਆਪਣੇ ਘਰਾਂ ਦੇ ਵਿੱਚ ਜਿਹੜਾ ਆਪਾਂ ਸਫਾਈ ਕਰਨ ਵਾਸਤੇ ਕੈਮੀਕਲਸ ਯੂਜ਼ ਕਰਦੇ ਆ ਸੋਪਸ ਤੇ ਕੋਸਮੈਟਿਕਸ ਬਿਲਕੁਲ ਬਹੁਤ ਵੱਡਾ ਇਹ ਰੋਲ ਪਲੇ ਕਰਦੇ ਆ ਜੀ ਆਪਾਂ ਸਟਾਰਟ ਕਰਦੇ ਆ ਹਾਂਜੀ ਕਿੰਨੇ ਇੰਪੋਰਟੈਂਟ ਨੇ ਬਿਲਕੁਲ ਜਦੋਂ ਆਪਾਂ ਮੋਸਟਲੀ ਫੂਡ ਤੇ ਹਮੇਸ਼ਾ ਟਾਕ ਕਰਦੇ ਆ ਹਨਾ ਫੂਡ ਇਜ਼ ਇੰਪੋਰਟੈਂਟ ਫੂਡ ਇਜ਼ ਇੰਪੋਰਟੈਂਟ ਮੇਨਰ ਫੂਡ ਨਾਲੋਂ ਵੀ ਵੱਧ ਕੇ ਹੈਗਾ ਤੁਹਾਡਾ ਜਿਹੜੇ ਕੈਮੀਕल्स ਨੇ ਹਾਊਸ ਹੋਰ ਕੈਮੀਕल्स ਹੋ ਗਿਆ ਜਾਂ ਕੋਸਮੈਟਿਕਸ ਹੋ ਗਿਆ ਆਪਣੇ ਜਿੱਦਾਂ ਤੁਹਾਡੇ ਮੈਂਟਲ ਹੈਲਥ ਤੇ ਵੀ ਇਫੈਕਟ ਕਰਦਾ ਅੱਛਾ ਤੇ ਆਪਣੇ ਸਿਸਟਮ ਤੇ ਵੀ ਕਿਉਂਕਿ ਜਿਹੜੀ ਆਪਣੀ ਸਕਿਨ ਹੈ ਸੋਚਿਆ ਜਾਵੇ ਤਾਂ ਇਸ ਦਾ బిਗੇਸਟ ਆਰਗਨ ਆਫ आवर ਬੋਡੀ ਬਿਲਕੁਲ ਹੈ ਨਾ ਤੇ ਜੋ ਕੁਝ ਵੀ ਆਪਾਂ ਜਿਹੜੇ ਕੈਮੀਕल्स ਯੂਜ਼ ਕਰਦੇ ਆ ਜਾਂ ਪਰਫਿਊਮਸ ਯੂਜ਼ ਕਰਦੇ ਆ ਉਹਨਾਂ ਦਾ ਇਹਨਾਂ ਤੇ ਬੜਾ ਅਫੈਕਟ ਹੈ ਸਿੱਧਾ ਸਕਿਨ ਤੇ ਅਫੈਕਟ ਹੈ ਕਿਉਂਕਿ ਜਦੋਂ ਆਪਾਂ ਫੂਡ ਖਾਂਦੇ ਆ ਉਹ ਆਪਣੇ ਜਦੋਂ ਫੂਡ ਪਾਈਪਸ ਥਾਣੇ ਜਾਂਦਾ ਆ ਸਟੋਮਕ ਚ ਜਾਂਦਾ ਆ ਸਟੋਮਕ ਦੇ ਵਿੱਚ ਆਪਣੇ ਜਿਹੜੇ ਗੈਸਟ੍ਰਿਕ ਐਸੈਟਸ ਹੁੰਦੇ ਨੇ ਉਹ ਫੂਰ ਨਾਲ ਡੀਲ ਕਰਦੇ ਨੇ ਜਿਵੇਂ ਲੱਗਦਾ ਕਿ ਸਮਥਿੰਗ ਇਜ਼ ਨਾਟ ਰਾਈਟ ਫੂਰ ਦੇ ਵਿੱਚ ਤਾਂ ਉਹ ਆਟੋਮੈਟਿਕਲੀ ਉਹਨੂੰ ਫਲਸ਼ ਆਊਟ ਕਰਦਾ ਕਰਦਾ ਜਿਹੜੀ ਸਕਿਨ ਹੈ ਸਕਿਨ ਦੇ ਵਿੱਚ ਰਾਈਟ ਵੇ ਅਬਜ਼ਾਰਬ ਹੁੰਦਾ ਜਿਸ ਤਰ੍ਹਾਂ ਵੇਪਿੰਗ ਕਰਦੇ ਨੇ স্মੋਕ ਕਰਦੇ ਨੇ ਕਿਉਂਕਿ ਉਹ ਇਨਸਟੈਂਟ ਅਫੈਕਟ ਹੈ ਉਹਨਾਂ ਦੇ ਬਾਡੀ ਤੇ ਰਾਈਟ ਇਦਾਂ ਜਿਹੜੇ ਕੈਮੀਕਲਸ ਨੇ ਸਪਰੇਇਸ ਨੇ ਸੋਪਸ ਨੇ ਕੋਸਮੈਟਿਕਸ ਨੇ ਸਿੱਧਾ ਇਫੈਕਟ ਕਰਦੇ ਆ ਸਿੱਧੇ ਇਫੈਕਟ ਸਿੱਧਾ ਜਾਂਦਾ ਤੁਹਾਡੀ ਬਾਡੀ ਅਬਜ਼ਾਰਬ ਕਰਦੀ ਹੈ ਜਿਸ ਨਾਲ ਅਗੇ 올ਡੇਜ ਦੇ ਵਿੱਚ ਪਾਣੀ ਚ ਬਹਿੰਦੇ ਹੁੰਦੇ ਸੀ ਨਾ ਚਲਿਆਂ ਚ ਬਹਿਣਾ ਜਾਂ ਨੇਹਰਾ ਦੇ ਵਿੱਚ ਬਹਿਣਾ ਉਹਦਾ ਬੜਾ ਹੈਲਥ ਬੈਨੀਫਿਟਸ ਹੁੰਦੇ ਸੀ ਕਿਉਂਕਿ ਅਸੀਂ ਪਾਣੀ ਦੇ ਵਿੱਚ ਮਿਨਰਲਸ ਹੁੰਦੇ ਨੇ ਜਿਹੜੇ ਉਹ ਬਾਡੀ ਅਬਜ਼ਾਰਬ ਕਰਦੀ ਹੈ ਜਿਹੜੇ ਤੁਹਾਡੇ ਲਈ ਚੰਗੇ ਨੇ ਉਸਕੇ ਨੇ ਅਬਜ਼ਾਰਬ ਕਰ ਲੈਣੇ ਉਸਕੇ ਨੇ ਅਬਜ਼ਾਰਬ ਕਰਨਾ ਤਾਂ ਤੁਸੀਂ ਇਹ ਸੋਚੋ ਕਿ ਜੇ ਪਾਣੀ ਦੇ ਵਿੱਚੋਂ ਮਿਨਰਲਸ ਬਾਡੀ ਅਬਜ਼ਾਰਬ ਕਰਦੀ ਹੈ ਤੇ ਜਿਹੜੇ ਆ ਸਾਡੇ ਕੈਮੀਕਲ ਸਾਨੂੰ ਟੱਚ ਕਰਦੇ ਉਹਦੇ ਜੋ ਕੈਮੀਕਲ ਕਿੰਨੇ ਐਬਜ਼ਾਰਬ ਕਿੰਨੇ ਐਬਜ਼ਾਰਬ ਹੋ ਰਹੇ ਹੋਣਗੇ ਆਪਾਂ ਇੰਨਾ ਕੇਵਲੇ ਡੀਪਲੀ ਸੋਚਦੇ ਨਹੀਂ ਕਲੀਨ ਅਪ ਕਰਦੇ ਆ ਆਪਾਂ ਕੇਵਲੇ ਨੇਕਡ ਹੈ ਨਾ ਮੰਗਲਵਸ ਨਹੀਂ ਵੀ ਪਾਉਂਦੇ ਹਾਂ ਮਾਸਕ ਨਹੀਂ ਪਾਉਂਦੇ ਆਪਾਂ ਹੁੰਦਾ ਕੋਈ ਨਹੀਂ ਮੈਂਟ ਲੱਗਣਾ ਵਾਸ਼ਰੂਮ ਕਲੀਨ ਕਰਕੇ ਬਾਹਰ ਨਿਕਲ ਗਏ ਰਾਈਟ ਮਾਸਕ ਦਾ ਗਲਵਸ ਦਾ ਫੇਰ ਵੀ ਮਨਦੀਪ ਜੀ ਪਾ ਲੈਂਦੇ ਹੋਣਗੇ ਮਾਸਕ ਤਾਂ ਮੇਰੇ ਖਿਆਲ ਸੋਚਿਆ ਵੀ ਨਹੀਂ ਕਦੇ ਹਾਂ ਕਿਉਂਕਿ ਜਦੋਂ ਅਸੀਂ ਬਰੀਦ ਕਰਦੇ ਆ ਉਹ ਜਿਹੜੇ ਕੈਪਟਸ ਆ ਵੇਪਰ ਫੋਮਸ ਨੇ ਵੇਪਰਸ ਨੇ ਉਹ ਸਿੱਧੇ ਸਾਡੇ ਲੰਗਸ ਚ ਜਾ ਰਹੇ ਨੇ ਰਾਈਟ ਉਤੇ ਕੋਈ ਗੈਸਟ੍ਰਿਕ ਜੂਸ ਨਹੀਂ ਹੈਗਾ ਜਾਂ ਗੈਸਟ੍ਰਿਕ ਐਸਿਡ ਨਹੀਂ ਹੈਗਾ ਜਿਹਨੇ ਉਹਨਾਂ ਨੂੰ ਡੀਲ ਕਰਨਾ ਸਿੱਧਾ ਚੱਲ ਗਿਆ ਬਾਡੀ ਦੇ ਵਿੱਚ ਰਾਈਟ ਹੁਣ ਅੱਜਕੱਲ ਜਿਸ ਦਾ ਡਿਜ਼ੀਜ਼ ਜਿਹੜੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਦਾ ਰੇਟ ਬਹੁਤ ਡੇ ਬਾਈ ਡੇ ਅੱਪ ਜਾ ਰਿਹਾ ਹੈ ਬੱਚਿਆਂ ਦੇ ਵਿੱਚ ਵੱਡਿਆਂ ਦੇ ਵਿੱਚ ਕੈਂਸਰ ਰੇਟ ਕਿੰਨਾ ਹਾਈ ਜਾ ਰਿਹਾ ਤੁਸੀਂ ਆਪਾਂ ਦੇਖਿਓ ਜੀ ਕੈਮੀਕਲਸ ਕਿੰਨੇ ਆ ਰਹੇ ਨੇ ਤੇ ਉਹਨਾਂ ਦੀ ਪੈਕਿੰਗ ਕਿੰਨੀ ਸੋਹਣੀ ਹੈ ਹੈਨਾ ਅਟਰੈਕਟਿਵ ਨੇ ਅਟਰੈਕਟਿਵ ਨੇ ਮੈਨੂੰ ਲੱਗਦਾ ਕਿ ਇੰਨੀ ਸੋਹਣੀ ਬੋਤਲ ਦੇ ਵਿੱਚ ਮਾੜੀ ਚੀਜ਼ ਕਿਵੇਂ ਹੋ ਸਕਦੀ ਹੈ ਪਰਫਿਊਮਸ ਨੇ ਕਿੰਨੇ ਮਹਿੰਗੇ ਨੇ ਕਿੰਨੇ ਕਾਸਟਲੀ ਨੇ ਕਿੰਨੀਆਂ ਸੋਹਣੀਆਂ ਉਹਨਾਂ ਦੀ ਬੋਟਲਸ ਹੈ ਹੈਨਾ ਤੇ ਉਹ ਆਪਾਂ ਨੂੰ ਸੋਚ ਹੀ ਨਹੀਂ ਸਕਦੇ ਕਿ ਇਹਦੇ ਵਿੱਚ ਕੁਝ ਰੋਂਗ ਵੀ ਹੋ ਸਕਦਾ ਹੈ ਨੈਗੇਟਿਵ ਫੈਕਟ ਵੀ ਹੋ ਸਕਦਾ ਸਾਨੂੰ ਲੱਗਦਾ ਕਿ ਇੰਨੀ ਸੋਹਣੀ ਚੀਜ਼ ਕਿਉਂ ਬੋਤਲ 'ਚ ਪਾ ਕੇ ਵੇਚਣਗੇ ਤੇ ਉਹ ਵੀ ਇੰਨੀ ਮਹਿੰਗੀ ਸੋ ਸਾਡਾ ਮਾਈਂਡ ਸੈਟ ਜਿਹੜਾ ਹੈ ਉਹ ਇਵੇਂ ਹੋ ਗਿਆ ਕਿ ਇਹਨੂੰ ਲੈ ਲਓ ਇਹ 'ਚ ਕੁਝ ਰੋਂਗ ਨਹੀਂ ਬਟ ਇੱਕ ਨਾ ਬੜੀ ਸੋਹਣੀ एनवायरमेंटल वर्किंग ग्रुप ਹੈਗਾ ईडब्ल्यूजी ओके वेबसाइट ਹੈਗੀ ਹੈ ਉਹਨਾਂ ਦੀ ਐਪ ਹੈ ਤੁਸੀਂ ਡਾਊਨਲੋਡ ਕਰ ਸਕਦੇ ਆ ਆਪਣੇ ਫੋਨ ਤੇ ਉਹਨਾਂ ਦੇ ਉੱਥੇ ਉਹਨਾਂ ਨੇ ਬਹੁਤ ਸਾਰੇ ਜਿੰਨੇ ਕੈਮ ਆਪਣੇ ਕੋਸਮੈਟਿਕਸ ਹੋ ਗਏ ਕੈਮੀਕल्स ਹੋ ਗਏ ਸੋਪਸ ਹੋ ਗਏ ਮੋਸਟ ਆਫ देम ਸਾਰੇ ਇਤਨੀ ਹੈਗਾ ਮੈਂ ਦੇਖਿਆ ਮੋਸਟ ਉਹਨਾਂ ਨੇ ਪਾਇਆ ਹੋਇਆ ਆ ਰਿਸਰਚ ਕਰਕੇ ਵੀ ਕਿਹੜੇ ਵਿੱਚ ਕਿੰਨੇ ਕੈਮੀਕल्स ਨੇ ਜੀ ਜਦੋਂ EWG EWG এনवायरमेंटਲ ਵਰਕਿੰਗ ਗਰੁੱਪ এনवायरमेंटਲ ਵਰਕਿੰਗ ਗਰੁੱਪ ਇਹਨਾਂ ਦੀ ਐਪ ਹੈ ਇਹ ਐਪ ਐ ਵੈਬਸਾਈਟ ਹੈ ਤੁਸੀਂ ਐਪ ਡਾਊਨਲੋਡ ਕਰ ਸਕਦੇ ਮੈਂ ਬੱਚਿਆਂ ਨੂੰ ਵੀ ਆਪਣੇ ਉਹਨਾਂ ਨੂੰ ਕਿਹਾ ਬੱਚੇ ਮੇਰੇ ਫੋਨ ਤੇ ਵੀ ਹੈ ਬੱਚਿਆਂ ਨੂੰ ਵੀ ਮੈਂ ਕਿਹਾ ਡਾਊਨਲੋਡ ਕਰ ਜਦੋਂ ਤੁਸੀਂ ਕੋਈ ਕੋਸਮੈਟਿਕ ਖਰੀਦਣਾ ਉਹਨੂੰ ਚੈੱਕ ਕਰ ਲਓ ਉਹ ਉੱਥੇ ਰਾਈਟ ਵਿੱਚ ਚੈੱਕ ਕਰ ਲਓ ਉਹ ਰੇਟਿੰਗ ਦੱਸ ਦਿੰਦਾ ਇਹਦੇ ਵਿੱਚ ਕਿੰਨੇ ਕੈਮੀਕल्स ਨੇ ਕਿੰਨਾ ਕੈਂਸਰ ਰਿਸਕ ਹੈ ਸਾਰਾ ਉਹਦੇ ਵਿੱਚ ਰਾਈਟ ਵੇ ਰੇਟਿੰਗ ਆ ਜਾਂਦੀ ਹੈ ਇਹਦੇ ਵਿੱਚ ਕਿਹੜੇ ਕਿਹੜੇ ਕੈਮੀਕल्स ਨੇ ਉਹਨਾਂ ਨੇ ਨਾ ਇੱਕ ਵੈਬਸਾਈਟ ਤੇ ਇੱਕ ਡਰਟੀ ਡਜ਼ਨ ਵੀ ਕੈਮੀਕਲ ਲਿਸਟ ਵੀ ਬਣਾਈ ਹੋਈ ਹੈ ਕਿ ਕਿਹੜੇ ਕਿਹੜੇ ਕੈਮੀਕਲਸ ਜਿਹੜੇ ਆ ਉਹ ਅੱਛਾ ਡਰਟੀ ਡਜ਼ਨ ਫੂਡਸ ਹੁੰਦੇ ਸੀ ਹੁਣ ਡਰਟੀ ਡਜ਼ਨ ਕੈਮੀਕਲਸ ਉਹਨਾਂ ਦੇ ਵੈਬਸਾਈਟ ਤੇ ਹੈਗੀ ਆ ਹਾਂਜੀ ਉਹਦੇ ਤੇ ਉਹ ਸਾਰੀ ਲਿਸਟ ਹੈਗੀ ਹੈ ਉੱਥੋਂ ਤੁਸੀਂ ਦੇਖ ਸਕਦੇ ਆ ਮੋਸਟਲੀ ਜਿਹੜੇ ਜਿੱਦਾਂ ਆਪਾਂ ਹਾਊਸਹੋਲਡ ਕਲੀਨਿੰਗ ਪ੍ਰੋਡਕਟਸ ਲੈਨੇ ਆ ਜਿਹੜੇ ਉਹਨਾਂ ਤੇ ਉੱਪਰ ਕੈਮੀਕਲਸ ਲਿਖੇ ਹੁੰਦੇ ਆ ਨਾ ਆਈ ਥਿੰਕ ਮੋਸਟ ਆਫ 뎀 ਉਥੇ ਡਰਟੀ ਡਜ਼ਨ ਦੇ ਵਿੱਚ ਹੈਗੇ ਨੇ ਸੋ ਤੁਸੀਂ ਚੈੱਕ ਕਰ ਸਕਦੇ ਆ ਵੀ ਕਿਹੜੇ ਕਿਹੜੇ ਡਰਟੀ ਡਜ਼ਨ ਚਾਹੁੰਦੇ ਆ ਜਦੋਂ ਵੀ ਤੁਸੀਂ ਕੁਝ ਲੈਣ ਲੱਗਦੇ ਆ ਸੋ ਜਿਸ ਦਾ ਬੱਚੇ ਆ ਕੋਸਮੈਟਿਕਸ ਲੈਂਦੇ ਨੇ ਮੈਂ ਉਹਨਾਂ ਨੂੰ ਹਮੇਸ਼ਾ ਐਨਕਰੇਜ ਕਰਦੀ ਆ ਕਿ ਪਹਿਲਾਂ ਚੈੱਕ ਕਰ ਲਓ ਕਿਉਂਕਿ ਹੁਣ ਜਿਹੜੀਆਂ ਆਮ ਜਿਹੜੀ ਰਿਸਰਚ ਪਿੱਛੇ ਜਾਈ ਸੀ ਵੀ ਜਦੋਂ ਕੋਈ ਵੀ ਔਮਨ ਮੇਕਅਪ ਕਰਦੀ ਆ ਜਿਹੜੀ ਡੇਲੀ ਮੇਕਅਪ ਕਰਦੀ ਆ ਜਿਹੜੋ ਜਦੋਂ ਕਰੋ ਨਿਕਲਦੀ ਹੈ ਤਾਂ ਆਲਮੋਸਟ ਅਰਾਊਂਡ 200 కెమికల్స్ ਨੂੰ ਐਕਸਪੋਜ਼ ਹੋ ਚੁੱਕੀ ਹੁੰਦੀ ਹੈ। ਅੱਛਾ ਮੇਕਅਪ ਦੇ ਨਾਲ ਹੀ ਮੇਕਅਪ ਦੇ ਨਾਲ ਬੇਸਿਕ ਜੇ ਮੇਕਅਪ ਦੇ ਨਾਲ ਬੇਸਿਕ ਮੇਕਅਪ ਦੇ ਨਾਲ ਹੈ ਨਾ ਸੋ ਕਿਉਂਕਿ ਇਹ ਜਿਹੜਾ ਸੋਪ ਸੋ ਗਿਆ ਜਦੋਂ ਨਾਤੇ ਆਪਾਂ ਸ਼ੈਂਪੂ ਹੋ ਗਿਆ ਸੋਪ ਹੋ ਗਿਆ ਜਿਹੜਾ ਅੰਦਰ ਆਪੇ ਆਪਾਂ ਜਿਹੜਾ ਮੇਕਅਪ ਫਾਉਂਡੇਸ਼ਨ ਲਗਾਈ ਲਿਪਸਟਿਕ ਲਗਾਈ ਲਿਪਸਟਿਕ ਲਗਾਈ ਆਈਸ ਤੇ ਕੀਤਾ ਹੈ ਨਾ ਹੁਣ ਇੱਕ ਵੀ ਹੈਗਾ ਕਿ ਦੇਖੋ ਕਨਫਿਊਜ਼ਨ ਕਿੰਨੀ ਕੀਤੀ ਹੋਈ ਹੈ ਵੀ ਮਨ ਨੂੰ ਲੱਗ ਰਿਹਾ ਹਾਈ ਮੈ ਲਾਇਆ ਨਹੀਂ ਖਰੇ ਸੱਚੀ ਮੈਂ ਅਗਰ ਛੇਤੀ ਬਜ਼ੁਰਗ ਹੋ ਜਾਣਾ ਹੈ ਜਾਂ ਮੇਰੀ ਸਕਿਨ ਛੇਤੀ ਖਰਾਓ ਹੋ ਜਾਣੀ ਹੈ ਕਿਉਂਕਿ ਪ੍ਰੋਡਕਟਸ ਐਜੇ ਮਿਲਦੇ ਹਨ ਨਾ ਤੇਹੋ ਜੇ ਮਿਲਦੇ ਆ ਵੀ ਆਈਸ ਦੇ ਨੀਚੇ ਲਾਉਣ ਨੂੰ ਕਰੀਮ ਵੱਖਰੀ ਹੈ ਹਨਾ ਤੁਸੀਂ ਚੀਕਸ ਤੇ ਵੱਖਰੀ ਲਾਓ ਲੱਬਸ ਤੇ ਵੱਖਰੀ ਲਾਓ ਆਈ ਸ਼ੈਡੋ ਲਾਈਕ ਆਈਸ ਤੇ ਲੱਬਸ ਤੇ ਵੱਖਰੀ ਲਾਓ ਈਅਰਸ ਤੇ ਵੱਖਰੀ ਲਗਾਓ ਕਨਫਿਊਜ਼ਨ ਹੀ ਇੰਨੀ ਹੈ ਹਨਾ ਤੇ ਅਗ ਆਪਾਂ ਨੇ ਆਈ ਡੋਨਟ ਥਿੰਕਸ ਆਪਣੇ ਮਮਸ ਦੇ ਟਾਈਮਸ ਤੇ ਇੰਨਾ ਕੁਝ ਇੰਨੇ ਪ੍ਰੋਡਕਟਸ ਹੁੰਦੇ ਸੀਗੇ ਜਿੰਨੇ ਹੁਣ ਮਾਰਕੀਟ ਦੇ ਵਿੱਚ ਨੇ ਤੇ ਜਦੋਂ ਆਪਾਂ ਵਾਕਿੰਗ ਕਰਦੇ ਆ ਮੋਸਟਲੀ ਜਿਹੜੇ ਬਿਗ ਸਟੋਰਸ ਨੇ ਉਹਨਾਂ ਦਾ ਡਿਸਪਲੇ ਇੰਨਾ ਸੋਹਣਾ ਆ ਫਿਰ ਉੱਥੇ ਜਿਹੜੇ ਯੂ نو ਦਾ ਵਰਕਿੰਗ এনवायरमेंट ਜਿਹੜਾ ਆ ਉਹ ਇਦਾਂ ਦਾ ਆ ਤੁਹਾਨੂੰ ਇੱਕਦਮ ਤੁਸੀਂ ਬੜੇ ਇਨਫਲੂਐਂਸ ਹੋਇਆ ਨੇ ਕਿ ਬਿਲਕੁਲ ਬਿਲਕੁਲ ਵੀ ਆਰ ਮਿਸਿੰਗ ਸਮਥਿੰਗ ਜਿਹੜੇ ਸਪੈਸ਼ਲੀ ਆਪਾਂ ਤੋਂ ਵੀ ਫਿਰ ਫੋਮੋ ਕਹਿੰਦੇ ਨਾ ਫੀਅਰ ਆਫ ਮਿਸਿੰਗ ਆਊਟ ਇਹ ਬਿਲਕੁਲ ਬੱਚੇ ਆ ਉਹਨਾਂ ਦੇ ਲਈ ਬਹੁਏ ਇਹ ਅਫੈਕਟ ਕਰਦਾ ਕਿ ਕੁੜੀਆਂ ਨੂੰ ਲੱਗਦਾ ਕਿ ਲੈ ਆ ਮਿਸਿੰਗ ਸਮਥਿੰਗ ਮੈਂ ਆਈ ਕੈਨ ਬੀ ਸਮਥਿੰਗ ਬੈਟਰ ਨਾ ਵੀ ਜੇ ਮੈਂ ਸਾਰਾ ਕੁਝ ਲਗਾਇਆ ਹੋਵੇ ਕਿਉਂਕਿ ਇਟਸ ਆਲ ਮੈਂਟਲ ਉਹੀ ਨਾ ਮੈਂਟਲ ਅਫੈਕਟ ਕਿਦਾਂ ਤੁਹਾਡੇ ਦਿਮਾਗ ਤੇ ਕਿੰਨਾ ਅਸਰ ਕਰ ਰਹੀਆਂ ਨੇ ਈ سوشل میڈیا ਐ ਐਡਵਰਟਾਈਜ਼ਮੈਂਟਸ ਬਿਲਕੁਲ ਕੋਸਮੈਟਿਕਸ ਦੀ ਗੱਲ ਬਾਤ ਚ ਕਰਦੇ ਆ ਪਹਿਲਾਂ ਆਪਾਂ ਕੈਮੀਕल्स ਤੇ ਹੀ ਆਈਏ ਜਿਹੜੇ ਹਾਊਸਹੋਲਡ ਕਲੀਨਿੰਗ ਕੈਮੀਕल्स ਆ ਆਲਟਰਨੇਟਿਵਸ ਹੈਗੇ ਆਲਟਰਨੇਟਿਵਸ ਹੈਗੇ ਨੇ ਓਕੇ ਯਾ ਸੋ ਜਿਸ ਦਾ ਆਪਣੇ ਸੋਪਸ ਨੇ ਨਹਾਣ ਲਈ ਉਦੋਂ ਤੁਸੀਂ ਮੈਂ ਹਮੇਸ਼ਾ ਮੋਸਟਲੀ ਇਹ ਦਵ ਜੀ ਜੀਜ ਤੇ ਰਾਈਟ ਵੇ ਜਦੋਂ ਕੋਈ ਨਵਾਂ ਆਉਂਦਾ ਦੇਖਦੇ ਆ वैसे जिन्ने भी ਆਪਣੇ ਆਰਗੇਨਿਕ ਸਟੋਰਸ ਨੇ ਜਾਂ ਆਰਗੇਨਿਕ ਆਇਲ ਸਜਿਕਲ ਸਟੋਰਾਂ ਦੇ ਵਿੱਚ ਪਣੀਆਂ ਨੇ ਉੱਥੇ ਹੈਗੇ ਨੇ ਡਾਕਟਰ ਬ੍ਰਾਉਨਰਸ ਡਾਕਟਰ ਬ੍ਰਾਉਨਰਸ ওকে ਉਹਦੇ ਲਿਖਿਆ ਹੁੰਦਾ 118 1218 ਇੱਕੋ ਸੋਪ ਨੂੰ ਤੁਸੀਂ 18 ਚੀਜ਼ਾਂ ਲਈ 18 ਥਿੰਗਸ ਲਈ ਯੂਜ਼ ਕਰ ਸਕਦੇ ਆ ਅੱਛਾ ਜੀ ਤਾਂ ਉਹ ਬੜਾ ਸੇਫ ਸੋਪ ਹੈਗਾ ਆ ਓਕੇ ਡਾਕਟਰ ਬ੍ਰਾਉਨਰਸ ਦਾ ਉਹਨਾਂ ਤੁਸੀਂ ਕੱਪੜੇ ਵੀ ਧੋ ਸਕਦੇ ਆ ਤੁਸੀਂ ਹੈਡ ਬਾਥ ਵੀ ਲਾ ਸਕਦੇ ਆ ਉਹਨਾਂ ਨੂੰ ਨਹਾ ਵੀ ਸਕਦੇ ਆ ਕਲੀਨ ਅਪ ਵੀ ਕਰ ਸਕਦੇ ਆ ਉਹਨਾਂ ਨਾਲ ਤੁਸੀਂ ਲਾਈਕ ਯੂ ਇਮੇਜਿਨ ਇਟ ਹੈ ਨਾ ਭਾਂਡੇ ਵੀ ਧੋ ਸਕਦੇ ਆ ਡਾਕਟਰ ਬ੍ਰਾਉਨਰਸ ਦਾ 180 ਉੱਤੇ ਲਿਖਿਆ ਹੋਇਆ ਵੀ 18 ਥਿੰਗਸ ਲਈ ਤੁਸੀਂ ਇੱਕੋ ਸੂਪ ਯੂਜ਼ ਕਰ ਸਕਦੇ ਆ ਤੁਹਾਨੂੰ ਡਿਫਰੈਂਟ ਡਿਫਰੈਂਟ ਸੋਪਸ ਲੈਣ ਦੀ ਲੋੜ ਨਹੀਂ ਹੈ ਜਰੂਰਤ ਨਹੀਂ ਹੈ ਲਿਕਵਿਡ ਸੋਪ ਡਾਕਟਰ ਬ੍ਰਾਉਨਰਸ ਲਿਕਵਿਡ ਸੋਪ ਵੀ ਉਹਨਾਂ ਦੇ ਬਾਅਰ ਵੀ ਹੁੰਦੇ ਆ ਮੇਰਾ ਫੇਵਰਟ ਹੈਗਾ ਉਹਨਾਂ ਦੀ ਬਾਹਰ ਆਂਦੀ ਇੱਕ ਉਹ ਬੇਬੀ ਸੋਪ ਹੈ ਅਨਸੈਂਟਰਡ ਬੇਬੀ ਸੋਪ ਡਾਕਟਰ ਬ੍ਰਾਉਨਰਸ ਦਾ ਦੈਟ ਦਾ ਬੈਸਟ ਉਹਨਾ ਇਹ ਮੈਂ ਅੱਜ ਫਰੋਂ ਲਾਸਟ 7 8 ইয়ারਸ ਮੈਂ ਹੇਅਰ ਬਾਥ ਵੀ ਉਹਨਾਂ ਹੀ ਆਪਣੇ ਬਾਥ ਵੀ ਉਹਨਾਂ ਹੀ ਤੋਂ ਨਹੀਂ ਆ ਯੂ ਨੋ ਸ਼ਾਵਰ ਵੀ ਉਹਨਾਂ ਹੀ ਲੈਣੇ ਆ ਤੇ ਉਹ ਬੱਚਿਆਂ ਲਈ ਬੜਾ ਵਧੀਆ ਇਹਦਾ ਨਿਊ ਬੌਰਨਸ ਬੱਚੇ ਨੇ ਹਨਾ ਆਪਣੇ ਮਦਰਸ ਨੂੰ ਹੁੰਦਾ ਬੇਬੀ ਜੈਕ ਸੇਫ ਹੋਣਾ ਚਾਹੀਦਾ ਸੇਫ ਹੋਣਾ ਚਾਹੀਦਾ ਆ ਕੋਈ ਬਹੁਤੇ ਸਟਰੋਂਗ ਸੋਪ ਸੁਣਾ ਲਓ ਮੈਂ ਤੋ ਉਹਨਾਂ ਲਈ ਬੜਾ ਡਾਕਟਰ ਬਰੌਨਰਸ ਦਾ ਜਿਹੜਾ 바ਰ ਸੋਪ ਹੈਗਾ ਆ ਜੇ ਲਿਕਵਿਡ ਵੀ ਆਂਦਾ 바ਰ ਵੀ ਆਂਦਾ ਸੋ ਬੇਬੀ 바ਰ ਅਨਸੈਂਟਡ ਸੋਪ ਲੈ ਲਓ ਬਲੂ ਕਲਰ ਦਾ ਹੁੰਦਾ ਤੇ ઓ ਯੂਜ਼ ਕਰੋ ਇਹ ਹੋ ਗਿਆ ਡਾਕਟਰ ਬਰੋਨਰਸ ਹੈਗਾ ਇੱਕ ਹੈਗਾ ਨੇ 7th ਜਨਰੇਸ਼ਨ 7th ਜਨਰੇਸ਼ਨ ਹਾਂਜੀ ਉਹਨਾਂ ਦੇ ਆਪਣੇ ਜਿਹੜੇ ਕੱਪੜਿਆ ਧੋਣ ਵਾਲੇ ਸੋਪ ਲਾਂਡਰੀ ਡਿਟਰਜੈਂਟ ਹੈਗੇ ਨੇ ਜਾਂ ਡਿਸ਼ਵਾਸ਼ਰ ਲਈ ਉਹ 7th ਜਨਰੇਸ਼ਨ ਦੇ ਬਹੁਤ ਵਧੀਆ ਨੇ ਉਹ ਵੀ ਬੜੇ ਸੇਫ ਸੋਪਸ ਹੈਗੇ ਨੇ ਐਂਡ ਇਕੋ ਆ ਜਾਂਦੇ ਉਹ ਵੀ ਇੱਕ ਐਸਪਨ ਕੰਪਨੀ ਆਂਦੀ ਹੈ ਉਹਨਾਂ ਦੇ ਵੀ ਕਾਫੀ ਸੇਫ ਨੇ ਪ੍ਰੋਡਕਟਸ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਇਹ ਹਾਊਸਹੋਲਡ ਕਲੀਨਰਸ ਦੀ ਗੱਲ ਕਰ ਰਹੇ ਹੋ ਤੁਸੀਂ ਇਹ ਹਾਊਸਹੋਲਡ ਕਲੀਨਰਸ ਨੇ ਜਦੋਂ ਤੁਸੀਂ ਕਿਸੇ ਵੀ ਹਾਂ ਆਪਣੇ ਆਰਗੈਨਿਕ ਸਟੋਰ ਹੋ ਗਿਆ ਜਾਂ ਆਰਗੈਨਿਕ ਆਇਲ ਹੋ ਗਿਆ ਨਾ ਜੋ ਤੁਸੀਂ ਜਾਨੇ ਉੱਥੇ ਪਲਾਂਟ ਵੇਸਟ ਆ ਕਾਫੀ ਹਾਊਸਹੋਲਡ ਕਲੀਨਿੰਗ ਲਈ ਜਾਂ ਬਾਡੀ ਵਾਸ਼ ਲਈ ਕਾਫੀ ਹੈਗੇ ਨੇ ਪਰ ਅਗੇਨ EWG ਰਾਈਟਵੇ ਤੁਸੀਂ ਉਹ ਚ ਪਾ ਕੇ ਦੇਖ ਲਓ ਕਿੰਨਾ ਕੁ ਸੇਫ ਹੈ ਇਹ ਬਹੁਤ ਵਧੀਆ ਤੁਸੀਂ ਦੱਸਿਆ ਜੀ এনवायरमेंटਲ ਵਰਕਿੰਗ ਗਰੁੱਪ এনवायरमेंटਲ ਵਰਕਿੰਗ ਗਰੁੱਪ EWG EWG.com ਪਾ ਦिए ਤੇ ਉਹ ਨਿਕਲਿਆਉਣੀਆਂ ਸਾਰੀ ਇਨਫੋਰਮੇਸ਼ਨ ਸੋ ਜਿਸ ਦਾ ਆਪਣੇ ਹੋਗੇ ਸਾਰੇ ਇੱਕ ਸ਼ੈਂਪੂ ਜਿਹੜਾ ਹੈ ਇੱਕ ਸ਼ੈਂਪੂ ਬਹੁਤ ਸੇਫ ਸ਼ੈਂਪੂ ਆਉਂਦਾ ਉਹਨਾਂ ਦੇ ਐਕਚੁਅਲੀ ਇਕੱਲੇ ਸ਼ੈਂਪੂ ਸ਼ੈਂਪੂ ਨਹੀਂ ਹੈਗੇ ਬਹੁਤ ਕਾਫੀ ਸਾਰੇ ਪ੍ਰੋਡਕਟਸ ਨੇ ਆ ਰਹੇ ਜਿਹੜੇ ਕਾਫੀ ਸੇਫ ਨੇ ਐਟੀਟਿਊਡ attitude attitude ਜਿਹੋ ਕੰਪਨੀ ਹੈਗੇ ਆ ਉਹਨਾਂ ਦੇ ਵੀ EWG ਦੇ ਵਿੱਚ ਤੁਸੀਂ ਜਦੋਂ ਪਾ ਕੇ ਦੇਖੋਗੇ ਤੇ ਕਾਫੀ ਸੇਫ ਪ੍ਰੋਡਕਟਸ ਹੈਗੇ ਨੇ EWG ਦੇ ਹਮ ਤਾਂ ਉਹ ਤੁਸੀਂ ਸ਼ੈਂਪੂ ਵਗੈਰਾ ਯੂਜ਼ ਕਰ ਸਕਦੇ ਆ ਤੇ ਜਾਂ ਉਹਨਾਂ ਦਾ ਕੰਡੀਸ਼ਨਰ ਹੈ ਔਰ ਮੈਂ ਤਾਂ ਜਸਟ ਆਈ ਜਸਟ ਗੈਟ ਕੰਡੀਸ਼ਨਰ ਐਂਡ ਆਈ ਯੂਜ਼ ਡਾਕਟਰ ਬ੍ਰਾਨਰਸ 120 ਐਸ ਸ਼ੈਂਪੂ ਠੀਕ ਹੈ ਜੀ ਤੇ ਅਗੇਨ ਆਪਣੇ ਕਈਆਂ ਨੂੰ ਹੁੰਦਾ ਕਿ ਫੇਸ ਵਾਸ਼ ਜਿਹੜਾ ਆ ਉਹ ਲੈਣੇ ਜਾਂ ਆਪਣੇ ਮਾਸਕ ਵਗੈਰਾ ਉਹ ਕਾਫੀ ਨੇਚਰਲ ਪ੍ਰੋਡਕਟਸ ਆਉਂਦੇ ਨੇ ਮਾਰਕੀਟ ਦੇ ਵਿੱਚ ਐਂਡੋਕ੍ਰਾਈਨ ਡਿਸਟਰਪਟਰਸ ਹਾਂਜੀ ਇਹ ਕੀ ਚੀਜ਼ ਹੁੰਦੀ ਹੈ ਮਨਜੀ ਜੀ ਜਿਹੜੇ ਐਂਡੋਕ੍ਰਾਈਨ ਡਿਸਟਰਪਰ ਕੈਮੀਕल्स ਹੁੰਦੇ ਨੇ ਜਿਹੜੇ ਤੁਸੀਂ ਮੋਸਟਲੀ ਜਦੋਂ ਤੁਸੀਂ ਅਮ ਦੇਖੋਗੇ ਨਾ ਜਿਹੜੇ ਤੁਹਾਡੇ ਆਪਣੇ ਹਾਊਸ ਹੌਲਡ ਕਲੀਨਿੰਗ ਸੁਪਲਾਈਜ਼ ਨੇ ਉਹਨਾਂ ਦੇ ਉੱਪਰ ਕੈਮੀਕल्स ਨੇ ਉਹਨਾਂ ਨੂੰ ਲਿਖਿਆ ਹੁੰਦਾ ਵੀ ਆਹਾ ਹਾ ਹਾ ਕ ਵਿੱਚ ਕੀ ਕੀ ਹੈ ਹੈਨਾ ਤਾਂ ਉਹ ਜਦੋਂ ਤੁਸੀਂ ਦੇਖੋਗੇ ਐਂਡੋਕ੍ਰਾਈਨ ਡਿਸਟਰਪਟਰ ਕੈਮੀਕल्स ਜੋ ਤੁਸੀਂ ਆਨਲਾਈਨ ਪੜੋਗੇ ਨਾ ਤੁਸੀਂ ਉਹਦਾ ਕੰਪੇਅਰ ਕਰਿਓ ਜਿਹੜੀ ਤੁਹਾਡੀ ਬੋਤਲ ਤੇ ਲਿਖਿਆ ਆ ਤਾਂ ਜੋ ਔਨ ਲੈਸਟ ਆ ਰਹੀ ਹੈ ਐਂਡੋਕ੍ਰਾਈਨ ਡਿਸਟਰਪਟਰ ਕੈਮੀਕਲਸ ਕਿਰ ਕਰਨੇ ਕਾਫੀ ਮੈਚਿੰਗ ਹੁੰਦੇ ਨੇ ਸੋ ਜਿਹੜੇ ਜਿਸ ਦਾ ਆਪਣੇ ਰੀਪ੍ਰੋਡਕਟ ਸਿਸਟਮ ਅੱਜ ਕੱਲ ਕਾਫੀ ਅਫੈਕਟ ਹੋ ਰਿਹਾ ਆ ਲੋਕਾਂ ਨੂੰ ਹਾਰ ਲੋਕੀ ਕਾਫੀ ਕਹ ਰਹੇ ਹਾਰ ਟੂ ਕਨਸੀਵ ਯੂ ਆ ਟਰਾਇੰਗ ਟੂ ਹੈਵ ਅ ਬੇਬੀ ਇਹ ਜਿਹੜੇ ਹੈਗੇ ਨੇ ਹਾਰਮੋਨਸ ਐਂਡੋਕ੍ਰਾਈਨ ਡਿਸਟਰਪਟਰ ਕੈਮੀਕਲਸ ਨੇ ਕਾਫੀ ਜਿਆਦਾ ਰੀਪਰੋਡਕਟਿਵ ਸਿਸਟਮ ਨੂੰ ਅਫੈਕਟ ਕਰਦੇ ਨੇ ਸੋ ਜਿਸ ਤਰ੍ਹਾਂ ਜਿੰਨੇ ਆਪਣੇ ਹਾਊਸ ਹੋਲਡ ਕੈਮੀਕਲਸ ਨੇ ਉਹ ਵਿੱਚ ਕਾਫੀ ਮਾਤਰਾ ਦੇ ਵਿੱਚ ਇਹ ਐਂਡੋਕ੍ਰਾਈਨ ਡਿਸਟਰਪਟਿਵ ਕੈਮੀਕਲਸ ਨੇ ਆਲਸੋ ਪਲਾਸਟਿਕ ਚ ਅੱਛਾ ਪਲਾਸਟਿਕ ਦੀ ਜਿਹੜੀ ਡੱਬੀ ਹੁੰਦੀ ਆ ਜਾਂ ਕਾਸਮੈਟਿਕਸ ਤੇ ਜ਼ਿਆਦਾ ਪਾਏ ਜਾਂਦੇ ਨੇ ਅ ਜਿਸ ਹੁਣ ਕਹਿੰਦੇ ਨੇ ਕਿ ਜਿਹੜੀ ਪਲਾਸਟਿਕ ਦੀਆਂ ਡੱਬੀਆਂ ਚ ਫੂਡ ਜਿਹੜਾ ਆ ਗਰਮ ਨਾ ਕਰੋ ਕਿਉਂਕਿ ਉਹਦੇ ਵਿੱਚ ਐਂਡੋਕ੍ਰਾਈਨ ਡਿਸਟਰਪਟਿਵ ਕੈਮੀਕਲਸ ਰਿਲੀਜ਼ ਹੁੰਦੇ ਨੇ ਜਦੋਂ ਤੁਸੀਂ ਉਹਨੂੰ ਹੀਟ ਕਰਦੇ ਨੇ ਜੀ ਮਾਈਕਰੋਪਲਾਸਟਿਕ ਜਿਹਨੂੰ ਕਹ ਦਿੰਦੇ ਨੇ ਹਾਂਜੀ ਵੀਰੇ ਪਲਾਸਟਿਕ ਦੇ ਕੰਟੇਨਰਸ ਜਿਹੜੇ ਨੇ ਉਹਨਾਂ ਦੇ ਵਿੱਚ ਕਾਫੀ ਕਹਿੰਦੇ ਐਂਡੋਕ੍ਰਾਈਨ ਪਾਇਆ ਜਾਂਦਾ ਹੈਗਾ ਐਂਡ ਆਲਸੋ ਕੋਸਮੈਟਿਕਸ ਹੂੰ ਸੋ ਕੋਸਮੈਟਿਕਸ 'ਚ ਕਾਫੀ ਪਾਇਆ ਜਾਂਦਾ ਸੋ ਜਦੋਂ ਕੋਸਮੈਟਿਕਸ ਵੀ ਲੈਣੇ ਨੇ ਉਦੋਂ ਟਰਾਈ ਕਰੋ ਕਿ ਆਪੇ ਲੋਦੇ ਰਿਸਰਚ ਕਰ ਲਓ ਐਵੇਂ ਨਾ ਕਿ ਹਾਂ ਰਿਸੋਰੀ ਸੇ ਅੱਜਕੱਲ ਹੁੰਦਾ ਕਿ ਕਿਸੇ ਨੇ ਟਿਕਟੋਕ ਬਣਾ ਦਿੱਤਾ ਵੀ ਆਹ ਕਾ ਬਹੁਤ ਵਧੀਆ ਹੈਗਾ ਆ ਕਿਸੇ ਸਪੈਸ਼ਲੀ ਜਿਹੜੇ ਹਾਲੀਵੁੱਡ ਜਾਂ ਬੋਲੀਵੁੱਡ ਦੇ ਕਿਸੇ ਨੇ ਲਾਈਨ ਸ਼ੁਰੂ ਕਰ ਦਿੱਤੀ ਮੇਕਅਪ ਦੀ ਉਹ ਤੋਂ ਬੱਚੇ ਉਦੋਂ ਨੂੰ ਬੜਾ ਤੁਰ ਫਿਰਦੇ ਨੇ ਆ ਉਹਨੇ ਸ਼ੁਰੂ ਕੀਤੀ ਹੋਈ ਆ ਉਹ ਜਿਹੜੇ ਜਿਹੜੀ ਕੰਪਨੀਆਂਜ਼ ਨੂੰ ਐਂਡੋਰਸ ਕਰ ਦਿੰਦੇ ਨੇ ਬਸ ਉਹ ਫਿਰ ਉਹ ਫੋਲੋ ਕਰ ਲੈਂਦੇ ਨੇ ਪਰ ਜ਼ਰੂਰ ਚੈੱਕ ਕਰ ਲੋ ਉਹਦੇ ਵਿੱਚ EWG ਤੇ ਚੈੱਕ ਕਰੋ ਜਿਹੜਾ ਮੈਨੂੰ ਜੀਟੀ ਟੈਕ ਚੈੱਕ ਕਰ ਲੋ ਆਈ ਥਿੰਕ ਕੁਝ ਇੱਕ ਵੈਬਸਾਈਟਸ ਹੋਰ ਵੀ ਹੈਗੀਆਂ ਆ ਵੈਸ ਟ੍ਰਾਈਂਗ ਟੂ ਫਾਈਂਡ ਆਊਟ ਹੋਰ ਕਿਹਨੇ ਕਿਹੜੀਆਂ ਕਿਹੜੀਆਂ ਵੈਬਸਾਈਟਸ ਹੈਗੀਆਂ ਜਿਹੜਾ ਚੈੱਕ ਕਰ ਸਕਦੇ ਆ ਸੋ far ਮੈਨੂੰ ਮਿਲੀ ਨਹੀਂ ਕੋਈ EWG ਇਸ ਦਾ ਮੇਨ ਵਨ ਉੱਥੇ ਤੁਸੀਂ ਉੜਾਈ ਜੀ ਆ ਤੁਸੀਂ ਰਾਈਟ ਵੇ ਨਾਮ ਪਾਉ ਤਾਂ ਆ ਜਾਂਦਾ ਜਿਸ ਦਾ ਉਹ ਪਾਉਂਦੇ ਰਹਿੰਦੇ ਨੇ ਕਿਉਂਕਿ ਕੁਝ ਇੱਕ ਕੰਪਨੀਆਂਜ਼ ਆ ਹੁਣ ਅਵੇਅਰਨੈਸ ਅੱਗੇ ਨਾਲ ਵਧ ਰਹੀ ਹੈ ਕਿਉਂਕਿ ਜਿੱਦਾਂ ਜਿੱਦਾਂ ਪਹਿਲਾਂ ਸਾਡਾ ਲਾਈਫ ਸਟਾਈਲ ਬੜਾ ਸਿੰਪਲ ਸੀਗਾ ਸਿੰਪਲ ਸਿਟੀ ਸੀਗੀ ਘਰ ਸਾਫ ਕਰਨਾ ਤਾਂ ਬੇਕਿੰਗ ਸੋਡਾ ਜਾਂ ਵਿਨੇਗਰ ਵਗੈਰਾ ਨਾਲ ਸਫਾਈ ਹੋ ਜਾਂਦੀ ਸੀਗੀ ਹੈ ਨਾ ਹੁਣ ਅਸੀਂ ਇਹਨਾਂ ਨੂੰ ਈਜ਼ੀ ਲੱਗਣ ਲੱਪਿਆ ਕਿ ਐਡੀ ਵੱਡੀ ਕੰਨੀ ਹੁੰਦੀ ਹੈ ਹੈ ਨਾ ਉਹ ਚੁੱਕ ਕੇ ਲਿਆਓ ਤੇ ਸਪਰੇਅ ਕਰੋ ਤਾਂ ਸਾਫ ਕਰਕੇ ਕੰਮ ਨਿਬੜੋ ਰਾਈਟ ਉਹ ਐਫਰਟ ਕਰ ਰਹੀ ਹੈ ਪਰ ਉਹਦੇ ਨਾਲ ਪ੍ਰੋਬਲਮਸ ਵਧ ਗਈਆਂ ਆਪਣੇ ਹੈਲਥ ਇਸ਼ੂਸ ਵਧ ਗਏ ਹੁਣ ਅੱਗੇ ਹਾਂ ਇਸ਼ੂਸ ਆ ਸਕਦੇ ਆ ਜੀ ਹੁਣ ਆਪਣੇ ਇੱਕ ਤਾਂ ਆਪਾਂ ਹਾਰਮੋਨਲ ਕਿਆ ਕਿ ਜਿਹੜੇ ਤੁਹਾਡੇ ਰੀਪਰੋਡਕਟ ਹਾਰਮੋਨਸ ਆ ਉਹ ਇੰਬੈਲੈਂਸ ਹੁੰਦੇ ਨੇ ਹੈ ਨਾ ਫਿਰ ਸਕੈਨ ਇਸ਼ੂ ਹੁਣ ਜਿਸ ਦਾ ਕਾਫੀ ਵੂਮਨਸ ਦੇ ਮੈਂ ਦੇਖਿਆ ਮੈਨੂੰ ਕਾਫੀ ਮਿਲੀਆਂ ਰੀਸੈਂਟਲੀ ਕਿੰਨੀਆਂ ਸੀ ਜਦੋਂ ਇੰਡੀਆ ਤੋਂ ਆਏ ਸਾਡੇ ਹੱਥ ਬਿਲਕੁਲ ਸਾਫ਼ ਸੀਗੇ ਜਦੋਂ ਅਸੀਂ ਆਏ ਆ ਕਿ ਇੱਥੇ ਸਾਡੇ ਪਾਣੇ ਥੋ ਥੋ ਕੇ ਪਤਾ ਨਹੀਂ ਕੀ ਗੱਲ ਹੈ ਸਕੈਨ ਲੱਥਣ ਲੱਗ ਗਈ ਹੈ ਰੈੱਡ ਰਹਿੰਦੀ ਹੈ ਐਗਜ਼ੀਮਾ ਟਾਈਪ ਯਾ ਐਗਜ਼ੀਮਾ ਬਹੁਤ ਵੱਡੀ ਪ੍ਰੋਬਲਮ ਹੈ ਜੀ ਹਾਂ ਤੇ ਉਹ ਹੋਣ ਲੱਗ ਗਿਆ ਤੇ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਨੀ ਆ ਕਿ ਤੁਸੀਂ ਜਦੋਂ ਭਾਂਡੇ ਧੋਂਦੇ ਹੋ ਗਲਵ ਪਾ ਕੇ ਧੋਂਦੇ ਹੋ ਕੋ ਜਸਟ ਨੇਕਡ ਹੈਂਡਸ ਕਹਿੰਦੇ ਨੇਕਡ ਹੈਂਡ ਤੇ ਉਹ ਜਿਹੜੇ ਸੋਪਸ ਨੇ ਉਹ ਡੈਮੇਜ ਕਰ ਰਹੇ ਨੇ ਸਾਡੀ ਸਕਿਨ ਨੂੰ ਤੇ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਨੀ ਆ ਕਿ ਸਵਿਚ ਕਰਕੇ ਦੇਖੋ ਇੱਕ 7th ਜਨਰੇਸ਼ਨ ਨੂੰ ਜਾਂ ਐਕੋ ਜਾਂ ਨੇਚਰਲ ਸੋਪ ਕੋਈ ਯੂਜ਼ਡ ਡਾਕਟਰ ਬ੍ਰਾਉਨਰਸ ਰੱਖ ਲਓ ਉਹਨਾਂ ਭਾਂਡੇ ਧੋ ਕੇ ਦੇਖਿਓ ਵੀ ਤੁਹਾਡੀ ਸਕਿਨ ਹਜੇ ਵੀ ਡੈਮੇਜ ਹੁੰਦੀ ਹੈ 90% ਜਿਨਾਂ ਨੂੰ ਮੈਂ ਗੱਲ ਕੀਤੀ ਉਹ ਕਹਿੰਦੇ ਨਹੀਂ ਮੁੜ ਕੇ ਨਹੀਂ ਹੋਈ ਨਹੀਂ ਹੋਈ ਸੋ ਆਪਾਂ ਕਈ ਵਾਰ ਸੋਚਦੇ ਨਹੀਂ ਕਿ ਕਿੰਨਾ ਡੈਮੇਜਿੰਗ ਹੋ ਸਕਦਾ ਹੈਗਾ ਆ ਇਹ ਸੋਪਸ ਜਿਹੜੇ ਆ ਪਰ ਕਾਫੀ ਔਮਨਸ ਦੇ ਵਿੱਚ ਹੈਗਾ ਆ ਭਾਂਡੇ ਧੋਣ ਦੇ ਨਾਲ ਹੱਥਾਂ ਤੇ ਕਾਫੀ ਉਹਨਾਂ ਦੇ ਸਕਿਨ ਖਰਾਬ ਹੁੰਦੇ ਆ ਐਂਡ ਅਗੇਨ ਹਾਰਮੋਨਸ ਦਾ ਫੇਰ ਚੇਂਜ ਹੁੰਨੇ ਹੋਣੇ ਹੈਗੇ ਆ ਉਹ ਉਹਨਾਂ ਦਾ ਇੱਕ ਡਿਫਰੈਂਟ ਇਸ਼ੂ ਹੈਗਾ ਆ ਸਕਿਨ ਇਸ਼ੂਜ਼ ਹੋ ਜਾਂਦੇ ਨੇ ਇਨ ਮੈਂਟਲੀ ਵੀ ਕੁਝੀ ਕਾਫੀ ਮੈਂ ਦੇਖਿਆ ਕਿ ਇਟਸ ਮੈਂਟਲ ਇਸ਼ੂ ਟੂ ਐਂਡ ਅਸੀਂ ਸੋਚਦੇ ਨਹੀਂ ਹੈਗਾ ਕਿ ਕਿਦਾਂ ਪਰ ਸਾਨੂੰ ਜਿਹੜੇ ਸਾਰੇ ਕੈਮੀਕल्स ਨੇ ਸਾਨੂੰ ਵੀ ਫੀਲ ਟਾਇਰਡ ਸਾਡੇ ਜਿਹੜੇ ਹਾਰਮੋਨਲ ਚੇਂजेस ਹੁੰਦੇ ਆ ਵੀ ਫੀਲ ਟਾਇਰਡ ਐਂਡ ਨਾਟ ਐਸ ਐਕਟਿਵ ਆਪਣਾ ਜਲਦੀ ਜਲਦੀ ਸਿੱਖ ਹੋਣਾ ਜਿਹੜਾ ਇਮਿਊਨ ਸਿਸਟਮ ਜਿਹੜਾ ਉਹ ਵੀਕ ਹੁੰਦਾ ਕੈਮੀਕल्स ਦੇ ਨਾਲ ਇਮਿਊਨ ਵੀਕ ਸਿਸਟਮ ਜਿਹੜਾ ਉਹ ਵੀ ਖੁੰਦਾ ਯਾ ਸੋ ਤੁਸੀਂ ਛੇਤੀ ਕਿਸੇ ਚੀਜ਼ ਨੂੰ ਕੈਚ ਕਰ ਲੈਣਾ ਯੂ نو ਮੈਂ ਤਾਂ ਬਿਮਾਰ ਹੀ ਰਹਿੰਦੀ ਆ ਮੇਰਾ ਸਿਰ ਦੁਖਦਾ ਰਹਿੰਦਾ ਮੇਰੇ ਯੂ نو ਮੈਂ ਨੈਕਟੋ ਫੀਲਿੰਗ ਕਰਦੀ ਮੈਂ ਟਾਇਰਡ ਫੀਲ ਕਰਦੀ ਰਹਿੰਦੀ ਆ ਕੈਮੀਕਲਸ ਦਾ ਇੱਕ ਹਿਊਜ ਰੋਲ ਹੈਗਾ ਇਹਨਾਂ ਦੇ ਵਿੱਚ ਥਕਾਵਟ ਮਹਿਸੂਸ ਕਰ ਬਟ ਮਹਿਸੂਸ ਕਰਨਾ ਐਂਡ ਹਾਰਮੋਨਲ ਚੇਂजेस ਆਉਣ ਦੇ ਨਾਲ ਹੁਣ ਜਿਸਨਾ ਬੱਚੇ ਨੇ ਆਪਣੇ ਛੋਟੇ ਨੇ ਨਾ ਕੁੜੀਆਂ ਨੇ ਕੁੜੀਆਂ ਨੂੰ ਕਾਫੀ ਜ਼ਿਆਦਾ ਹੁੰਦਾ ਮੇਕਅਪ ਦਾ ਤਾਂ ਮੈਂ ਹਮੇਸ਼ਾ ਕਹਿੰਨੀ ਪੇਰੈਂਟਸ ਨੂੰ ਉਹਨਾਂ ਨੂੰ ਦਬਕੋ ਨਾ ਕਿ ਟਿੱਖਿਆ ਗੱਲ ਹੋਣ ਜਦੋਂ ਹੁਣ ਮੈਂ ਆਪਾਂ ਗੱਲ ਕੀਤੀ ਹੈ ਕਹਿਣਾ ਆ ਸੁਣ ਲੈ ਤੁਸੀਂ ਵੀ ਮੇਕਅਪ ਲੈਣੇ ਮੈਂ ਕਿ ਮੈਂ ਇਹਨੇ ਬੱਚੇ ਨੂੰ ਇਤਾਂ ਨਾ ਕਰੋ ਗੁੱਡ ਆਲਟਰਨੇਟਿਵਸ ਲੱਭੋ ਗੁੱਡ ਆਲਟਰਨੇਟਿਵਸ ਲੱਭੋ ਐਂਡ ਆਲਸੋ ਬੱਚੇ ਨਾਲ ਗੱਲਾਂ ਕਰੋ ਬੱਚੇ ਦੇ ਨਾਲ ਉਹਨਾਂ ਦੱਸੋ ਰੀਜ਼ਨਿੰਗ ਦੱਸੋ ਕਿਉਂ ਕੀ ਹੈ ਰੋਂਗ ਕੁਝ ਬੱਚਿਆਂ ਨੂੰ ਲਈ ਲੱਗਦਾ ਕਿ ਮੇਰੇ ਪੇਰੈਂਟਸ ਹਾਂ ਦਾ ਪੂਰਾ ਫੋਨ ਵੀ ਯੂਜ਼ ਨਹੀਂ ਕਰਨਾ ਹੁੰਦਾ ਕੰਪਿਊਟਰ ਯੂਜ਼ ਨਹੀਂ ਕਰਨਾ ਇਹਨਾਂ ਨੂੰ ਕੀ ਪਤਾ ਵੀ ਇਹ ਮੇਕਅਪ ਚੰਗੇ ਆ ਕਿ ਨਹੀਂ ਨਹੀਂ ਚੰਗੇ ਹੈਗੇ ਉਹਨਾਂ ਨੂੰ ਇਤਨੇ ਸਾਰੇ ਰਿਸੋਰਸਸ ਦੱਸੋ ਵੀ ਪੁੱਤ ਲਾਲਾ ਪਰ ਚੈੱਕ ਕਰਕੇ ਲਾ ਪਰ ਚੈੱਕ ਕਰ ਲੈ ਵੀ ਆ 사이ਟ ਹੈਗੀ ਆ ਇਹਦੇ ਵਿੱਚ ਚੈੱਕ ਕਰ ਇਹ ਕਿ ਕਿੰਨਾ ਕੈਮੀਕਲ ਹੋ ਰਿਹਾ ਕਿੰਨੇ ਔਰ ਕੀ ਔਰ ਸਾਈਡ ਇਫੈਕਟਸ ਨੇ ਵੀ ਅਸੀਂ ਨਹੀਂ ਚਾਹੁੰਦੇ ਕਿ ਤੂੰ ਕਿਸੇ ਬਿਮਾਰੀ ਨਾਲ ਡੀਲ ਕਰੇ ਕਿਉਂਕਿ ਬੱਚੇ ਦੀ ਗਰੋਥ ਹੋ ਰਹੀ ਹੈ बच्चे ने पढ़ना भी है बच्चे ने गा पढ़ के अब जॉब्स भी करनी यानी मैरिजस भी होनीया ने राइट दे दे वांट टू स्टार्ट देयर फैमिली एज़ वेल कि वो बड़ा लॉन्ग hmm. <laughs> वे ਜਾਂਦਾ ਹੈ ਨਿੱਕੀਆਂ ਨਿੱਕੀਆਂ ਗੱਲਾਂ ਤੇ ਬੱਚੇ ਚ ਕੌਨਫੀਡੈਂਸੀ ਇੰਨਾ ਹੋਣਾ ਚਾਹੀਦਾ ਹੈ ਕਿ ਮੈਨੂੰ ਮੇਕਅਪ ਦੀ ਇੰਨੇ ਦੀ ਲੋੜ ਹੀ ਨਹੀਂ ਹੈ ਹੈ ਨਾ ਵੀ ਮੇਰੀ ਡਾਇਟ ਇੰਨੀ ਸੋਹਣੀ ਹੋਵੇ ਇੰਨੀ ਕਲੀਨ ਹੋਵੇ ਕਿ ਹੁਣ ਜਿਹੜੀਆਂ ਅੱਗੇ ਆਪਣੀਆਂ ਮਦਰਸ ਹੁੰਦੀਆਂ ਸੀਗੀਆਂ ਉਹ ਤੁਸੀਂ ਦੇਖਿਓ ਕੋਈ ਵੀ ਮਦਰਸ ਦੇ ਲੈਡੀਸ ਨੇਸ ਕਨ ਬਹੁਤ ਸੋਹਣੀ ਐ ਹਮ ਹੈਨਾ ਉਹ ਇਸ ਦੇ ਨਾਲ ਤੇ ਉਹ ਕਿਹੜਾ ਇੰਨਾ ਮੇਕਅਪ ਲਾਉਂਦੀਆਂ ਹੁੰਦੀਆਂ ਸੀਗੀਆਂ ਉਹਨਾਂ ਦੀ ਡਾਈਟ ਬੜੀ ਸਿੰਪਲ ਸੀਗੀ ਡਾਈਟ ਬੜੀ ਕਲੀਨ ਸੀਗੀ ਤੇ ਕਈਆਂ ਹਜੇ ਵੀ ਇਦਾਂ ਹੈ ਕਿ ਨਹੀਂ ਮੈਂ ਇੰਨੇ ਆਹ ਖਾਣਾ ਤੇ ਇੰਨਾ ਹੀ ਖਾਣਾ ਸੋ ਅਸੀਂ ਉਹ ਆਪਣੇ ਕੈਮੀਕਲਸ ਦੇ ਨਾਲ ਫੂਡ ਦੇ ਨਾਲ ਸਾਰਾ ਕੁਝ ਜਿਹੜਾ ਉਹ ਬੈਲੈਂਸ ਕੀਤਾ ਬੈਲੈਂਸ ਜਿਹੜਾ ਉਹ ਲੂਜ਼ ਕਰ ਚੁੱਕੇ ਆ ਸਾਨੂੰ ਹੁਣ ਜਿਸਨਾ ਕਿਸੇ ਵੀ ਜਦੋਂ ਆਪਾਂ ਸਟੋਰ ਤੇ ਜਾਣੇ ਹੈਗੇ ਆ ਉਦੋਂ ਆਪਣੇ ਸਿਲੈਕਟਿਵ ਹੋਣ ਦੀ ਲੋੜ ਹੈ ਇਸ ਜਿਸ ਦਾ ਮਾਈਂਡ ਸੈਟ ਹੋਰ ਕੁਝ ਨਹੀਂ ਹੈ ਮਾਈਂਡ ਸੈਟ ਚੇਂਜ ਕਰਨ ਦੀ ਮਾਈਂਡ ਸੈਟ ਕੰਨ ਚੇਂਜ ਕਰਨ ਦੀ ਲੋੜ ਹੈ ਕਿ ਮੈਂ ਠੀਕ ਹੈ ਈਜ਼ੀ ਹੈ ਇਹ ਵੱਡੀ ਸਾਰੀ ਕਹਿ ਨਹੀਂ ਚੁੱਕੋ ਤੇ ਸਪਰੇਅ ਵਾਲੀਆਂ ਬੋਟਲਸ ਆ ਜਾਂਦੀਆਂ ਨੇ ਸਪਰੇਅ ਕਰੋ ਤੇ ਸਪਰੇਅ ਕਰੋ ਤਾਂ ਕੰਮ ਨਹੀਂ ਪੜਦਾ ਪਰ ਆਈ ਥਿੰਕ ਇਜ਼ ਸੋ ਤਾਂ ਜੀ ਇਹ ਦੇਖੋ ਕਿ ਅਸੀਂ ਆਪਣਾ ਨੁਕਸਾਨ ਕਿੰਨਾ ਕਰ ਰਹਾ ਹੈ ਇਸ ਕਰਕੇ ਕੱਲਾ ਤੁਹਾਡਾ ਨਹੀਂ ਜਿਹੜਾ ਜਿਹੜਾ ਵਿਅਕਤੀ ਯੂਜ਼ ਕਰ ਰਿਹਾ ਸਿਰਫ ਉਹਦਾ ਨੁਕਸਾਨ ਨਹੀਂ ਹੋ ਰਿਹਾ ਕਿਉਂਕਿ ਉਹ ਫਿਊਮਸ ਪੂਰੀ ਹਾਊਸ ਦੇ ਵਿੱਚ ਘਰ ਦੇ ਵਿੱਚ ਨੇ ਬਾਕੀ ਫੈਮਿਲੀ ਮੈਂਬਰਸ ਵੀ ਇਫੈਕਟ ਹੋ ਰਹੇ ਨੇ ਆਲਸੋ ਆਪਣੇ ਦੇਖੋ ਆਪਾਂ ਓਪਨ 에ਅਰ 'ਚ ਰਹਿ ਨਹੀਂ ਰਹੇ ਹਮ ਆਪਣੇ ਹੁਣ ਸਰਦੀਆਂ ਜਾਣੀਆਂ ক্লোਜ਼ ਸਪੇਸਿਸ ਐ ਜੀ ਬਿਲਕੁਲ ক্লোਜ਼ ਸਪੇਸਿਸ ਐ ਹੁਣ ਆਪਣੇ ਸਰਦੀਆਂ ਜਾਣੀਆਂ ਆਪਾਂ ਵਿੰਡੋ ਨਹੀਂ ਖੋਲਣੀਆਂ ਉਹ ਵੈਪਰਸ ਤਾਂ ਅੰਦਰ ਹੀ ਘੁੰਮੀ ਜਾ ਰਹੇ ਨੇ ਤੁਸੀਂ ਦੇਖੋ ਜਿੱਦ ਤੱਕ ਘਰ ਸਾਫ਼ ਕੀਤਾ ਹੋਏ ਜਦੋਂ ਕੋਈ ਬਾਹਰੋਂ ਆਂਦਾ ਰਾਈਟ ਵੇ ਕਹਿੰਦਾ ਉਹ ਆਈ ਕੈਨ ਸਮੈਲ ਸਮੈਲ ਯੈਸ ਹਾਂ ਇਹ ਹੁੰਦਾ ਹੈ ਜਦੋਂ ਆਪਾਂ ਵੈਸੇ ਵੀ ਘਰ ਆਪਣਾ ਸਾਫ਼ ਕਰੀਏ ਨਾ ਤਾਂ ਉਸ ਤੋਂ ਬਾਅਦ ਇੱਕ ਸਮੈਲ ਜੀ ਆਉਂਦੀ ਹੁੰਦੀ ਆ ਘਰ ਚੋਂ ਆਪਾਂ ਨੂੰ ਤਾਂ ਇਹ ਲੱਗਦਾ ਵੀ ਸਾਫ਼ ਹੋ ਗਿਆ ਘਰ ਤਾਂ ਕਰਕੇ ਫ੍ਰੈਗਰੈਂਸ ਆ ਰਹੀ ਆ ਹੈਨਾ ਬਟ ਉਹ ਉਹ ਮਾੜੀ ਹੁੰਦੀ ਆ ਸਮੈਲ ਹੁਣ ਜਿਹੜਾ ਜਿਸ ਦਾ ਆਪਾਂ ਗੱਲ ਕੀਤੀ ਹੈ ਕਿ ਜਿਹੜਾ ਆਪਣੀ ਸਕਿਨ ਹੈ ਇਸ ਦਾ ਬਿਗੇਸਟ ਆਰਗਨ ਆਫ ਆਵਰ ਬਾਡੀ ਜਿਹੜੇ ਜਿਹਦਾ ਮੈਗਨੀਸ਼ੀਅਮ ਨਹੀਂ ਹੁੰਦਾ ਹੈਗਾ ਜਿਹੜਾ ਉਹ ਕਹਿੰਦੇ ਕਿ ਜਦੋਂ ਤੁਸੀਂ ਆਪਾਂ ਸਵੈਲੋ ਕਰਦੇ ਆ ਉਹਦੀ ਐਬਜ਼ੋਰਪਸ਼ਨ ਇੰਨੀ ਨਹੀਂ ਹੁੰਦੀ ਜਿੰਨੀ ਜੇ ਆਪਾਂ ਸਕਿਨ ਤੇ ਲਾਉਨੇ ਆ। ਓਕੇ। ਜੀ ਜਿਹੜਾ ম্যাগਨੇਸ਼ੀਅਮ ਹੁੰਦਾ ਆ ਉਹਦੇ ਸਪਰੇਇਸ ਆਂਦੀਆਂ ਨੇ। ਉਹ ਕਹਿੰਦਾ ਰਾਤ ਨੂੰ ਸੌਣ ਲੱਗੇ ਪੈਰਾਂ ਦੇ ਥੱਲੇ ਲਾ ਕੇ ਮ사ਜ ਕਰ ਲਓ। ਤੁਹਾਡੀ ਬਾਡੀ ਰਿਲੈਕਸ ਹੋ ਜਾਂਦੀ ਐ। ਇੱਡੀ ਜਲਦੀ ਉਹ ਅਬਸੋਰਬ ਕਰਦਾ। ਸਕਿਨ ਸਕਿਨ ਦੀ ਅਬਸੋਰਬਿੰਗ ਪਾਵਰ ਇੰਨੀ ਜ਼ਿਆਦਾ। ਅਬਸੋਰਬਿੰਗ ਪਾਵਰ ਇੰਨੀ ਜ਼ਿਆਦਾ ਹੁੰਦੀ ਐ। ম্যাগਨੇਸ਼ੀਅਮ ਲਾ ਕੇ ਉਹਨੂੰ ਤੁਸੀਂ ਜਦੋਂ ਕਿਸੇ ਨੂੰ ਜਾਂ ਕੋਈ ਡਿਸਟਰਬਡ ਹੈ ਜਾਂ ਯੂ نو ਆਪਣੇ اسپੈਸ਼ਲੀ ਐਂਗਜ਼ਾਈਟੀ ਐਂਗਜ਼ਾਈਟੀ ਹੈ ਜਾਂ ਉਹਨੇ ম্যাগਨੀਸ਼ੀਅਮ ਲਾ ਕੇ ਨਾ ਪੈਰਾਂ ਦੇ ਥੱਲੇ ਸਪਰੇਅ ਕਰਕੇ ਉਹਨੇ ਮ사ਜ ਦੇ ਦੋ ਤੁਸੀਂ ਦੇਖੋ ਬੰਦੇ ਨੂੰ ਕਿੱਡੀ ਚਲਦੀ ਨਹੀਂ ਜਾਂਦੀ ਹੈ ਤੇ ਕਹਿੰਦੇ ਜਿਹੜਾ ਲੰਦਾ ਨਾ ਉਹ ਵੀ ਆਪ ਵੀ ਰਿਲੈਕਸ ਹੋ ਜਾਂਦਾ ਕਿਉਂਕਿ ਹੱਥਾਂ ਰਾਹੀਂ ਵੀ ਅਬਜ਼ੌਰਬ ਹੋ ਰਿਹਾ ਤੇ ਵੈਸੇ ਕਹਿੰਦੇ ਪੈਰਾਂ ਦੇ ਥੱਲੇ ਲਗਾਉਣਾ ਬਹੁਤ ਛੇਤੀ ਅਬਜ਼ੌਰਬ ਹੁੰਦਾ ਤੇ ਪਾਣੀ ਦੇ ਵਿੱਚ ਤਾਂ ਆਪਾਂ ਗੱਲ ਕੀਤੀ ਹੈ ਮਿਨਰਲਸ ਕਿੰਨੀ ਜਲਦੀ ਅਬਜ਼ੌਰਬ ਹੁੰਦੇ ਨੇ but again ना? it it is just the it's just the matter of choices matter of choices ਤੁਸੀਂ ਤੁਸੀਂ ਗੁੱਡ ਚੋਇਸਸ ਕਰਨੀਆਂ ਨੇ ਕਿ ਬੈਡ ਚੋਇਸਸ ਕਰਨੀਆਂ ਨੇ ਐਲਟਰਨੇਟਿਵ ਸੋਲਡ ਹੈ ਹੈਗੇ ਨੇ ਹੈਗੇ ਨੇ ਹੈਗੇ ਨੇ ਇਟਸ ਜਸਟ ਆਪਾਂ ਨੂੰ ਲਾਈਫ ਸਟਾਈਲ ਉਸ ਨੂੰ ਅਡਾਪਟ ਕਰਨ ਦੀ ਲੋੜ ਹੈ ਕਿ ਮੈਂ ਜੇ ਆ ਚੀਜ਼ ਲੈ ਰਿਹਾ ਆ ਪਹਿਲਾਂ ਤਾਂ ਮੈਂ ਚੈੱਕ ਕਰਾਂ ਬੀਅਰ ਵਿੱਚ ਇਹ ਚੰਗਾ ਹੈ ਕਿ ਨਹੀਂ ਚੰਗਾ ਫਿਰ ਜਿਹਦਾ ਇਹਦਾ ਆਲਟਰਨੇਟਿਵ ਕੀ ਹੈ ਹੈਨਾ ਹੌਲੀ 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 ਆਪਾਂ ਚੇਂਜ ਕਰੀਏ ਆਪਾਂ ਨੂੰ ਇਹਨਾਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਲਿਆਉਣ ਦੀ ਜ਼ਰੂਰਤ ਨਹੀਂ ਹੈਗੀ ਹੌਲੀ ਹੌਲੀ ਡਾਪ ਕਰ ਲੋ ਤੇ ਨਾਲਸੋ ਆਪਣੇ ਇੱਕ ਹੈਗਾ ਕਿ ਆਪਾਂ ਜਿਹੜੀਆਂ ਪੰਜਾਬੀ ਫੈਮਲੀਆਂ ਨੇ ਆਪਾਂ ਵੱਡੀਆਂ ਫੈਮਲੀ ਵਿੱਚ ਇਕੱਠੇ ਰਹਿੰਦੇ ਆ मोस्ट ਹੈ ਨਾ 3 ਜਨਰੇਸ਼ਨਸ ਆਪਣੇ ਹਿੰਦੀਆਂ ਨੇ ਇਕੱਠੇ ਰਹਿੰਦੇ ਨੇ ਸੋ ਮੋਸਟਲੀ ਲੋਕਾਂ ਦੇ ਮਨ ਚ ਇਹ ਹੁੰਦਾ ਕਿ ਛੋਟੀ ਨਾਲ ਸਰਨਾ ਵੱਡੀ ਲੈ ਲਓ ਵੱਡੀ ਲੈ ਲਓ ਹੈ ਨਾ ਤੇ ਮੈਂ ਇਹ ਕਹਿੰਨੀ ਨਹੀਂ ਕਿ ਜਿਹੜੇ ਉਹਦੇ ਵਿੱਚ ਰਹਿ ਵੀ ਰਹੇ ਨੇ ਅੱਜ ਕੱਲ ਬਹੁਤ ਟ੍ਰੈਂਡ ਹੈ ਕਿ ਹੁਣ ਸਟੂਡੈਂਟਸ ਆਉਂਦੇ ਨੇ ਰਿਲੇਟਿਵਸ ਤੇ ਨਾ ਹੁੰਦਾ ਕਿ ਨਹੀਂ ਬਾਹਰ ਨਹੀਂ ਕਰ ਸਕਦੇ ਕੀ ਕਹਿਣਗੇ ਵੀ ਤੁਸੀਂ ਸਾਡੇ ਬੱਚੇ ਨੂੰ ਨਹੀਂ ਰੱਖਿਆ ਵੀ ਜਿਹੜੇ ਬੱਚੇ ਵੀ ਨੇ ਆ ਵੀ ਰਹੇ ਨੇ ਕੁੜੀਆਂ ਮੁੰਡੇ ਜਾਂ ਕੋਈ ਹੋਰ ਰਿਲੇਟਿਵ ਆ ਕੇ ਰਹਿੰਦਾ ਉਹ ਜਿੱਥੇ ਵੀ ਰਹਿੰਦਾ ਨਾ ਆਪਣੀ ਇੱਕ ਇਹ ਰਿਸਪੌਂਸਿਬਿਲਟੀ ਸਮਝੋ ਕਿ ਅਸੀਂ ਵੀ ਉਸ ਰਸਤਾ ਨੂੰ ਅਡੌਪਟ ਕਰਨਾ ਤੇ ਜੇ ਅਸੀਂ ਉੱਥੇ ਰਹਿ ਰਹੇ ਆ ਤਾਂ ਅਸੀਂ ਹਮੇਸ਼ਾ ਗੈਸਟ ਨਹੀਂ ਹੈਗੇ ਉਹ ਅਸੀਂ ਵੀ ਜੇ ਘਰ ਦੇ ਵਿੱਚ ਕੰਟ੍ਰਿਬਿਊਟ ਕਰ ਰਹੇ ਆ ਅਸੀਂ ਵੀ ਕੁਝ ਉਦਾਂ ਦਾ ਹੀ ਕਰੀਏ ਜਿੱਦਾਂ ਦਾ ਉਹ ਕਰਦਾ ਮਾਹੌਲ ਹੈ ਹੂੰ ਜੇ ਘਰ ਦੇ ਵਿੱਚ ਸੇਫ এনवायरमेंट ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਸੇਫ এনवायरमेंट ਬਣਾਉਣ ਮੀ ਸ਼ੁੱਡ ਬੀ ਕੰਟ੍ਰਿਬਿਊਟਿੰਗ ਕੰਟ੍ਰਿਬਿਊਟਿੰਗ ਸੋ ਜਿਹੜਾ ਵੀ ਕਾ ਉਸ ਘਰ ਦੇ ਵਿੱਚ ਰਹਿ ਰਿਹਾ ਆ ਇਕਵਲੀ ਕੰਟ੍ਰਿਬਿਊਟ ਕਰੋ ਨਾਟ ਕੇ ਆਲਵੇਸ ਐਜ਼ ਅ ਗੈਸਟ ਹਰ ਇੱਕ ਦੀ ਰਿਸਪਾਂਸਿਬਿਲਿਟੀ ਆਹ ਤੁਸੀਂ ਇੱਕ ਦਿਨ ਰਹਿ ਰਹੇ ਹੋ ਦੋ ਦਿਨ ਰਹਿ ਰਹੇ ਹੋ ਹਮੇਸ਼ਾ ਘਰ ਦੇ ਵਿੱਚ ਆਪਣਾ ਘਰ ਵਾਂਗੂ ਕੰਟਰੀਬਿਊਟ ਕਰੋ ਵੀ ਇਹ ਮੇਰਾ ਹੀ ਹੈ ਕਿਉਂਕਿ ਅੱਜ ਮੈਂ ਇੱਥੇ ਆ ਗਿਆ ਹੁਣ ਮੈਂ ਇੱਥੇ ਰਹਿਣਾ ਹਫ਼ਤਾ ਰਹਿਣਾ ਦੋ ਹਫ਼ਤੇ ਰਹਿਣਾ ਦੋ ਸਾਲ ਰਹਿਣਾ ਵੀ ਉਹ ਜੋ ਵੀ ਕਰਦਾ ਮਾਹੌਲ ਹੈ ਜਿੱਦਾਂ ਦਾ ਵੀ ਉਹ ਚਾਹੁੰਦੇ ਨੇ ਉਹਦੇ ਵਿੱਚ ਕੰਟਰੀਬਿਊਟ ਕਰੋ ਲੰਗਦੇ ਵਰਦੇ ਸਟੋਰ ਦੇ ਵਿੱਚ ਉਹ ਚੀਜ਼ ਚੱਕੋ ਜਿਹੜੇ ਸਾਰੇ ਯੂਜ਼ ਕਰ ਰਹੇ ਨੇ ਕਿਉਂਕਿ ਉਹ ਬੰਦੇ ਤੇ ਬੋਝ ਨਾ ਬਣੇ ਕਿ ਫੇਰ ਹੀ ਤੁਹਾਡਾ ਲਾਈਫ ਸਟਾਈਲ ਬਣ ਸਕਦਾ ਜੇ ਹੁਣ ਹੈਨਾ ਆਪਣੇ ਇੱਕ ਬੰਦਾ ਲੈ ਕੇ ਆ ਰਿਹਾ ਤਾਂ ਦੂਜੇ ਸਾਰੇ ਯੂਜ਼ ਕਰਕੇ ਕਹਿੰਦੇ ਮੁੱਕ ਗਿਆ ਉਹ ਕਹਿੰਦਾ ਯਾਰ ਮੈਂ ਕਮੋਨ ਹਨਾ ਵੀ ਤੁਹਾਡੀ ਜੇ ਤੁਸੀਂ ਨਾ ਸਟੋਰ ਤੋਂ ਆਏ ਤੁਸੀਂ ਵੀ ਲੈ ਆਉਂਦੇ ਇੱਕ ਚੁੱਕੀ ਲਿਆਉਂਦੇ ਉਹ ਇਮੈਂਟਲ ਹੈਲਥ ਦੇ ਲਈ ਕੰਟਰੀਬਿਊਟ ਕਰਨਾ ਬੀ ਇਨਵੋਲਵਡ ਦੂਜੇ ਬਾਰੇ ਵੀ ਸੋਚਣਾ ਉਹ ਤੁਹਾਡੇ ਲਈ ਸਾਰਿਆਂ ਲਈ ਚੰਗਾ ਹੈਗਾ ਐਬਸੋਲੂਟਲੀ ਇਹ ਡਬਲਯੂਜੀ ਵੈਬਸਾਈਟ ਹੈ ਜੀ ਬਿਲਕੁਲ ਇਹ ਡਬਲਯੂਜੀ.com ਤੇ ਜਾ ਕੇ ਬਹੁਤ ਸਾਰਾ ਤੁਹਾਨੂੰ ਇਨਫੋਰਮੇਸ਼ਨ ਮਿਲ ਸਕਦੀ ਹੈ ਜਿਹੜੇ ਤੁਸੀਂ ਕਾਰਾਂ ਨੂੰ ਸਾਫ਼ ਕਰਨ ਵਾਸਤੇ ਕੈਮੀਕਲਸ ਯੂਜ਼ ਕਰਦੇ ਹਾਂ ਕਿੰਨੇ ਇੱਕ ਸੇਫ ਨੇ ਕਿੰਨੇ ਕੰਨ ਸੇਫ ਨੇ ਉਹ ਸਾਰੀ ਜਾਣਕਾਰੀ ਮਿਲ ਸਕਦੀ ਹੈ ਕੋਸਮੈਟਿਕਸ ਜਿਹੜੇ ਆਪਾਂ ਯੂਜ਼ ਕਰਦੇ ਹਾਂ ਉਹ ਕਿੰਨੇ ਇੱਕ ਸੇਫ ਹਨ ਸੇਫ ਨੇ ਜਿਹੜੇ ਸੋਪਸ ਯੂਜ਼ ਕੀਤੇ ਜਾਂਦੇ ਆ ਡਿਟਰਜੈਂਟਸ ਯੂਜ਼ ਕੀਤੇ ਜਾਂਦੇ ਉਹ ਕਿੰਨੇ ਸੇਫ ਹਨ ਸੇਫ ਨੇ ਸੋ EWG.com ਇਸ ਦਾ ਵੈਬਸਾਈਟ ਉੱਥੇ ਜਾ ਕੇ ਚੈੱਕ ਕਰ ਲਓ ਆਲਟਰਨੇਟਿਵਸ ਬਹੁਤ ਸਾਰੇ ਅਵੇਲੇਬਲ ਹੈਗੇ ਨੇ ਮੰਦੀਪ ਜੀ ਦੱਸ ਚੁੱਕੇ ਨੇ ਆਲਟਰਨੇਟਿਵਸ ਬਹੁਤ ਜਰ ਮੈਂ ਤਾਂ ਨਿਯੋਸਾਨੀਆ ਕੰਪਨੀਆਂ ਦੇ ਨਾਮ ਨਹੀਂ ਦੱਸ ਸਕਦੀ ਕਿੰਨੀਆਂ ਕੰਪਨੀਆਂ ਜਿਹੜੀਆਂ ਉਹ ਸੇਫ ਨੇ ਬੈਕ ਟੂ ਅਰਥ ਉਹਨਾਂ ਦੇ ਮੌਇਸਚਰਾਈਜ਼ਰ ਫੇਸ ਕਰੀਮ ਹੈ ਨਾ ਆਪਣੇ ਬਾਕੀ ਡਿਟਰਜੈਂਟ ਵਗੈਰਾ ਕਲੀਨਰਸ ਵਗੈਰਾ ਕਾਫੀ ਨੇ ਪ੍ਰੋਐਕਟਿਵ ਹੋ ਕੇ ਲੱਭਿਆ ਜਾਵੇ ਤਾਂ ਲੱਭ ਜਾਣਗੇ ਬਹੁਤ ਨੇ ਆਲਟਰਨੇਟਿਵਸ ਬਹੁਤ ਨੇ